ਉਧਰ ਦੂਜੇ ਪਾਸੇ ਬਠਿੰਡਾ 'ਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਧਰਨਾ ਦਿੱਤਾ ਗਿਆ ਅਤੇ ਭਾਰਤ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਡੀਸੀ ਦਫ਼ਤਰ ਦਾ ਘਿਰਾਓ ਕਰਕੇ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਸੌਂਪਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਫਸਰਾਂ ਨੂੰ ਭਾਰਤ ਸਰਕਾਰ ਦੇ ਖਿਲਾਫ਼ ਮੰਗ ਪੱਤਰ ਸੌਂਪੇ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ 15 ਦੇਸ਼ਾਂ ਦੇ ਨਾਲ ਸਮਝੌਤਾ ਕੀਤਾ ਗਿਆ ਉਹ ਕਿਸਾਨਾਂ ਨੂੰ ਭੁੱਖ ਮਾਰ ਦੇਵੇਗਾ ਅਤੇ ਇਸ ਸਮਝੌਤੇ ਦੇ ਕਾਰਨ ਲੋਕ ਬਾਹਰਲੀਆਂ ਕੰਪਨੀ ਦੇ ਅਧੀਨ ਕੰਮ ਕਰਨ ਲਈ ਮਜਬੂਰ ਹੋ ਜਾਣਗੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਹ ਸਮਝੌਤਾ ਭਾਰਤ ਦੇ ਹਿੱਤ 'ਚ ਨਹੀਂ ਹੈ। ਬਹੁ ਕਾਮ ਦੇ ਵਿੱਚ ਸਾਡੇ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਦੇਸ਼ਾਂ ਦੇ ਸਮਝੌਤੇ ਅਤੇ ਸੰਧੀ ਅਤੇ ਵਿਸਵਾਰ ਸੰਸਥਾ ਅਤੇ ਗੇਟ ਸਮਝੌਤੇ ਅਤੇ RCEP ਅਤੇ ਸਾਰਿਆਂ 'ਤੇ ਇਹ ਸੰਧੀ 'ਤੇ ਸਾਈਨ ਕਰਨ ਜਾ ਰਿਹਾ, ਜਿਹਦੇ ਨਾਲ ਸਾਡੇ ਹਿੰਦੁਸਤਾਨ 'ਤੇ ਮਾੜਾ ਪ੍ਰਭਾਵ ਪੈਣਾ, ਸਾਡੇ ਕਿਸਾਨਾਂ 'ਤੇ ਮਾੜਾ ਪ੍ਰਭਾਵ ਪੈਣਾ। ਇਸ ਕਰਕੇ ਉਹਦੇ ਵਿੱਚ ਸਾਡੀ ਖੇਤੀ ਬਿਲਕੁਲ ਤਬਾਹ ਹੋ ਜਾਣੀ ਹੈ, ਕਿਉਂਕਿ ਜਿਹੜੀ ਜਿਣਸ ਦਾ ਭਾਅ ਹੈ ਅੱਜ ਉਹ ਅੱਧ ਰਹਿ ਜੂਗਾ, 900 ਰਹਿ ਜੂ ਕਣਕ ਦਾ ਭਾਅ, ਇਸੇ ਤਰ੍ਹਾਂ ਨਰਮੇ ਦਾ ਭਾਅ 2000 'ਤੇ ਰਹਿ ਜੂਗਾ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਦੁੱਧ ਹੈ ਉਹ ਸਾਡਾ ਲੈਣਾ ਕਿਸੇ ਨੇ ਨਹੀਂ, ਬਾਹਰਲੇ ਮੁਲਕਾਂ 'ਚੋਂ ਇੰਨਾ ਦੁੱਧ ਆ ਜੂਗਾ। ਜਿਹੜੇ ਸਾਡੇ ਮੱਛੀ ਫਾਰਮ ਆ ਉਹ ਫੇਲ ਹੋ ਜਾਣਗੇ, ਬਾਹਰੋਂ ਮੀਟ ਆ ਕੇ ਸਾਡਾ ਹਿੰਦੁਸਤਾਨ ਮੀਟ ਮੰਡੀ ਬਣ ਜੂਗਾ, ਉਹ ਸਾਡੇ ਲਈ ਬਹੁਤ ਖਤਰਨਾਕ ਆ, ਸਾਡੇ ਹਿੰਦੁਸਤਾਨ ਲਈ ਕਿਸਾਨਾਂ ਵਾਸਤੇ ਮਾਰੂ ਸਮਝੌਤਾ ਇਹ। ਇਸ ਕਰਕੇ ਅਸੀਂ ਉਹਦਾ ਸਾਰੇ ਹਿੰਦੁਸਤਾਨ 'ਤੇ ਅੱਜ ਵਿਰੋਧ ਕੀਤਾ। ਭਾਰਤੀ ਕਿਸਾਨ ਯੂਨੀਅਨ ਨੇ ਸਾਰੇ ਹਿੰਦੁਸਤਾਨ 'ਚ ਅੱਜ ਅਸੀਂ ਡੀਸੀਆਂ ਨੂੰ ਮੰਗ ਪੱਤਰ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੂੰ ਭੇਜ ਰਹੇ ਹਾਂ ਵੀ ਇਸ ਕਰਕੇ ਜਿਹੜਾ ਸੰਧੀ 'ਤੇ ਤੂੰ ਸਾਈਨ ਨਾ ਕਰ, ਕਿਉਂ ਤੂੰ ਆਪਣੇ ਮੁਲਕ ਨੂੰ ਤਬਾਹ ਕਰਨ ਲੱਗਿਆ ਅਤੇ ਕਿਉਂ ਤੂੰ ਕਿਸਾਨਾਂ ਨੂੰ ਮਾਰ ਰਿਹਾ।